ਇਹ ਫਿਲਮ 26 ਜੁਲਾਈ 1991 ਬਰੂਜ ਜਮਾ ਰਿਲੀਜ਼ ਹੋਣ ਵਾਲੀ ਇੱਕ ਰੰਗीन ਪੰਜਾਬੀ ਫਿਲਮ ਸੀ ਇਸ ਫਿਲਮ ਦਾ ਟਾਈਟਲ ਰੋਲ ਅਦਾਕਾਰ ਸੁਲਤਾਨ ਰਈ ਨੇ ਅਦਾ ਕੀਤਾ ਸੀ ਤੇ ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ ਗੋਰੀ ਜਵੇਦ ਸ਼ੇਖ ਬਾਬਰਾ ਸ਼ਰੀਫ ਇਜ਼ਾਰ ਕਾਜ਼ੀ ਨਾਦਰਾ ਨਸਰੁੱਲਾ ਬਾਟ ਹਮਾਇਉ ਕ੍ਰੇਸ਼ੀ ਅਫਸ਼ੋ ਕ੍ਰੇਸ਼ੀ ਆਬਦ ਅਲੀ ਇਹ ادیਬ ਹਦੀਦ ਸ਼ਾਹਿਦ ਰਾਣਾ ਫਿਲਮ ਸਾਜ਼ ਆਗਾ ਹੁਸੈਨੀ ਇਹਦੀ ਲਿਖਾਰੀ ਸਨ ਨਾਸਰ ادیਬ ਤੇ ਇਹਦੀ ਮੂਸਿਕੀ ਦਿੱਤੀ ਸੀ ਜ਼ulfਕਾਰ ਅਲੀ ਨੇ ਇਸ ਵਿੱਚ ਦਾ ਜੈਸੇ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਟਰੈਕਟਰ ਰੋਲ ਅਦਾਕਾਰ ਸੁਲਤਾਨ ਰਈ ਨੇ ਅਦਾ ਕੀਤਾ ਹੈ ਔਰ ਐਤਿਨ ਭਰਾਵ ਦੀ ਕਹਾਣੀ ਹੈ ਜਿਨ੍ਹਾਂ ਦਾ ਪਿਓ ਇੱਕ ਸਾਹਫੀ ਹੁੰਦਾ ਹੈ ਤੇ ਸਾਹਫੀ ਦਾ ਕਿਰਦਾਰ ਅਦਾਕਾਰ ਅਬਦ ਅਲੀ ਨੇ ਅਦਾ ਕੀਤਾ ਹੈ। ਇੱਕ ਗੱਲ ਯਾਦ ਰੱਖੀ ਓਏ ਕਿ ਮੇਰੇ ਜੁਰਮ ਦੇ ਗਵਾਹ ਨੂੰ ਅੰਨਾ ਬੋਲਾ ਇੱਕ ਕਤਲ ਦੀ ਗਵਾਹੀ ਦੇਣ ਵਾਸਤੇ ਜਦੋਂ ਉਹ ਇੱਕ ਕਤਲ ਦਾ ਗਵਾਹ ਬਣ ਜਾਂਦਾ ਹੈ ਮੁਜਰਮ ਕਾਲਾ ਕਾਲੇ ਦਾ ਕਰੈਕਟਰ ਅਦਾਕਾਰ ਹਮਾਇਉ ਕ੍ਰਿਸ਼ੀ ਨੇ ਅਦਾ ਕੀਤਾ ਹੈ। ਕਿਉਂਕਿ ਉਸ ਦਾ ਪੂਰੇ ਸ਼ਹਿਰੀ ਅਸਰ ਰਸੂਖ ਹੁੰਦਾ ਹੈ ਕਿ ਉਹ ਆਪਣੇ ਖਿਲਾਫ ਰਿਪੋਰਟ ਦਰਜ ਨਹੀਂ ਹੋਣ ਦਿੰਦਾ ਔਰ ਮੁਲਕ ਤਫਰਾਰ ਹੋ ਜਾਂਦਾ ਹੈ ਔਰ ਜਾਣ ਤੋਂ ਪਹਿਲੇ ਅਬਦਲੀ ਜਿਹੜਾ ਇੱਕ ਸਾਫੀ ਹੁੰਦਾ ਉਸ ਨੂੰ ਕਤਲ ਕਰ ਦਿੰਦਾ ਹੈ ਔਰ ਉਸ ਨੂੰ ਕਤਲ ਕਰਨ ਤੋਂ ਬਾਅਦ ਉਹਦੇ ਘਰ ਨੂੰ ਅੱਗ ਲਾ ਦਿੰਦਾ ਅਬਦਲੀ ਦੇ ਤਿੰਨ ਪੁੱਤਰ ਹੁੰਦੇਨ ਸੁਲਤਾਨ ਰਈ ਜਵੇਦ ਸ਼ੇਖ ਔਰ ਇਜ਼ਾਰ ਕਾਜ਼ੀ ਇਹ ਤਿੰਨ ਆਪਸ ਵਿੱਚ ਵਿਛੜ ਜਾਂਦੇ ਔਰ ਇੱਕ ਲਾਹੌਰੀ ਬਦਮਾਸ਼ ਬਣ ਜਾਂਦਾ ਹੈ ਦੂਜਾ ਡਿਪਟੀ ਅਮਰ ਬਣ ਜਾਂਦਾ ਹੈ ਤੇ ਤੀਜਾ ਜਵੇਦ ਸ਼ੇਖ ਜਿਹੜਾ ਹੁੰਦਾ ਹੈ ਉਹ ਇੱਕ ਝੂਠਾ ਬਦਮਾਸ਼ ਬਣ ਕੇ ਸ਼ਹਿਰ ਦੇ ਅੰਦਰ ਮੁxtਲਿਫ ਜਗਾ ਵਰਦਾਤਾ ਕਰਦਾ ਹੈ ਔਰ ਜਵੇਦ ਸ਼ੇਖ ਨੇ ਇਸ ਛਿੰਦ ਦੇ ਅੰਦਰ ਬੜੀ ਹੀ achi comedy ਦਾ ਮੁਜ਼ਹਿਰਾ ਕੀਤਾ ਹੈ ਔਰ ਝੂਠਾ ਬਦਮਾਸ਼ ਦਾ ਜਿਹੜਾ ਉਸਨੇ ਰੋਲ ਕੀਤਾ ਹੈ ਬੜਾ ਹੀ class ਦਾ ਔਰ ਬਹੁਤ ਹੀ ਚੰਗਾ ਰੋਲ ਕੀਤਾ ਹੈ ਨਾਦਰੀਨ ਇਸ ਫਿਲਮ ਦਾ ਜਿਹੜਾ ਪਹਿਲਾ ਸੀਨ ਸੀ ਜਿਹੜਾ ਜਾਬੇਸ਼ ਸ਼ੇਖ ਦਾ ਪਹਿਲਾ ਸੀਨ ਹੁੰਦਾ ਹੈ ਕੋਈ ਕਤਲ ਕਰਕੇ ਥਾਣੇ ਪੇਸ਼ ਹੁੰਦਾ ਹੈ ਔਰ ਲਾਸ਼ ਚੁੱਕ ਕੇ ਲੈ ਜਾਂਦਾ ਹੈ ਔਰ ਲਾਸ਼ ਕਿਸੇ ਮਫਰੂਰ ਦੀ ਹੁੰਦੀ ਹੈ ਔਰ ਜਦੋਂ ਪੁਲਿਸ ਆ ਕੇ ਵੇਖਦੀ ਹੈ ਤੇ ਜਿਹੜਾ ਜਾਬੇਸ਼ ਸ਼ੇਖ ਨੇ ਕਤਲ ਕੀਤਾ ਹੁੰਦਾ ਹੈ ਉਹ ਹੀ ਕੁੱਤਾ ਹੁੰਦਾ ਹੈ ਨਾਦਰੀਨ ਇਸ ਤਰ੍ਹਾਂ ਦਾ ਸੀਨ ਤੁਸੀਂ ਪਹਿਲੇ ਵੀ ਸੁਲਤਾਨ ਰਾਏ ਦੀ ਫਿਲਮ ਜੀਰਾ ਸਾਈਂ ਵਿੱਚ ਵੇਖਿਆ ਹੋਵੇਗਾ ਹਾਂਜੀ ਕਮਾਲ ਕਰਦਲੇ ਹੋਏ ਮੈਂ ਮਾਮਾ ਵਾ ਹੋਇਆ ਤੇ ਕੁੱਤਾ ਜਿਹੜਾ ਇੱਕ ਕੁੱਕੜ ਨੂੰ ਕਤਲ ਕਰਨ ਤੋਂ ਬਾਅਦ ਥਾਣੇ 'ਚ ਪੇਸ਼ ਹੋ ਜਾਂਦਾ ਹੈ ਕਿ ਉਸਨੇ ਕਤਲ ਕੀਤਾ ਹੈ ਤੇ ਪੁਲਿਸ ਆਂਦੀ ਹੈ ਤੇ ਪਤਾ ਚੱਲਦਾ ਏ ਕਤਲ ਹੋਣ ਵਾਲੀ ਸੀ ਉਹ ਇੱਕ ਕੁੱਕੜ ਸੀ ਔਰ ਉਹਨੂੰ ਪੁਲਿਸ ਵਾਲੇ ਲਾਂਤਾਂ ਕਰਕੇ ਚਲੇ ਜਾਂਦੇ ਨੇ ਐਸੀਨ ਸੇਮ ਉਸੀ ਤਰ੍ਹਾਂ ਦਾ ਵੇ बहारा जावेद शेख ने अच्छी कॉमेडी की कोशिश की और इस कामयाब भी रहे सुल्तानी और इजार इजारकाजी और नादरा बबरा शरीफ ते जावेद शेख का पेयर बनाया गया है नादरा जड़ी यकीन आए डिप्टी फसला गए काला जेड़ा हमायूं कृषि हों काला हमायू कृषि की थी आंती है ਔਰ ਹਮਾਇਓ ਕਰੇਸ਼ੀ ਇੱਕ ਮੁਲਕ ਦੁਸ਼ਮਣ ਹੁੰਦਾ ਹੈ ਸੁਲਤਾਨ ਰਹੀ ਨੇ ਸਿੰਧ ਦੇ ਅੰਦਰ ਬੜਾ ਹੀ ਸ਼ਾਨਦਾਰ ਕੰਮ ਕੀਤਾ ਹੈ ਔਰ ਉਹਦਾ ਜਿਹੜਾ ਇੱਕ ਸੀਨ ਹੁੰਦਾ ਹੈ ਜਦੋਂ ਪੁਲਿਸ ਉਹਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਦੀ ਏ ਔਰ ਇਸ ਸੀਨ ਦੇ ਦੌਰਾਨ ਜਿਹੜੀ ਐਕਟਿੰਗ ਦਾ ਮਜ਼ਾਹਿਰਾ ਸੁਲਤਾਨ ਰਹੀ ਨੇ ਕੀਤਾ ਹੈ ਬਹੁਤ ਹੀ ਲਾਜਵਾਬ ਸੀ ਔਰ ਬਹੁਤ ਹੀ ਸ਼ਾਨਦਾਰ ਐਕਸਪ੍ਰੈਸ਼ਨ ਸਨ ਰਾਈ ਸਾਹਿਬ ਦੇ ਕਮਾਲ ਦੀ ਐਕਟਿੰਗ ਸੀ इस फिल्म के गाने सुन बड़े ही मशहूर सुन पहला गाना सी परवर दिगार परवर दिगार दूजा गाना सी मैनू लुट के लिया गया मुंडा छे फुटदा और जो तीजा गाना सी मेरे दिल का अलारम खड़क गया तीनों गाने बड़े ही जबरदस्त सुन और बड़े ही मशहूर गाने सुन नादरीन ए फिल्म एक्शन और लड़ाई मार कुटाई तो भरपूर सी जे राई साहब दीवाने इस किस्म दिल्मां देखना चाहते हैं उन्होंने वास्त बड़ी ही जबरदस्त लाजवाब फिल्म है और कॉमेडी कॉमेडी का तड़का भी है एक्शन का तड़का भी है और बड़ी ही शानदार फिल्म है और राई साहब के दीवाने बड़ा ही शानदार तोहफा है यह फिल्म यूट्यूब तो मौजूद तो है तुसे जाके यूट्यूब फिल्म देख सकते दे हो